ਨਮਸਕਾਰ, ਸਿਟੀ ਹੋਮ ਨਿਊਜ਼ ਦੇਖ ਰਹੇ ਦਰਸ਼ਕਾਂ ਸਵਾਗਤ ਹੈ। ਮੈਂ ਹਾਂ ਵੰਦਨਾ ਸ਼ਰਮਾ। ਨਜ਼ਰ ਮਾਰਦੇ ਹਾਂ ਅੱਜ ਦੀ ਟੌਪ 10 ਖਬਰਾਂ 'ਤੇ। ਸਕੂਲੀ ਵੈਨ ਵਿੱਚ ਬੱਚੇ ਬਣਾ ਰਹੇ ਸੀ ਵੀਡੀਓ, ਤਾਂ ਪਿਸਟਲ ਹੈ ਗੱਡੀ ਵਿੱਚ ਚੜ ਗਈ ਮਹਿਲਾ। ਸਮਰਾਲੇ ਤੋਂ ਸਾਹਮਣੇ ਆਈ ਵੱਡੀ ਖਬਰ। ਵੀਡੀਓ ਡਿਲੀਟ ਕਰਵਾਉਣ ਲਈ ਮਹਿਲਾ ਪਿਸਟਲ ਲੈ ਕੇ ਚੜ੍ਹੀ ਵੈਨ ਦੇ ਵਿੱਚ। ਸਕੂਲ ਪ੍ਰਿੰਸੀਪਲ ਨੇ ਪੁਲਿਸ ਤੋਂ ਕਾਰਵਾਈ ਦੀ ਕੀਤੀ ਮੰਗ। ਪੰਜਾਬ 'ਚ ਜ਼ਮੀਨਾਂ ਦੀਆਂ ਰਜਿਸਟਰੀਆਂ ਨਾਲ ਜੁੜੀ ਵੱਡੀ ਖਬਰ। ਰਜਿਸਟਰੀ ਕਰਵਾਉਣ ਵਾਲਿਆਂ ਨੂੰ ਦਿੱਤੀ ਰਾਹਤ। NGDRS ਪੋਰਟਲ ਵਿੱਚ ਦਿੱਤੀ ਨਵੀਂ ਆਪਸ਼ਨ, ਕੀਤੀ ਖਤਮ। ਬਿਕਰਮ ਅਜੀਠੀਆ ਨੂੰ ਮੁੜਤਾ ਵੱਡਾ ਝਟਕਾ। ਡਰੱਗ ਕੇਸ ਦੇ ਵਿੱਚ ਬਿਕਰਮ ਅਜੀਠੀਆ ਨੂੰ ਭੇਜਿਆ ਮੁੜ ਸੰਮਨ। ਅਕਾਲੀ ਦਲ ਨੇ ਮੁੱਖ ਮੰਤਰੀ ਮਾਨ 'ਤੇ ਕੱਸਿਆ ਤੰਜ, ਕਿਹਾ CM ਭਗਵੰਤ ਮਾਨ ਆਹਮੋ ਸਾਹਮਣੇ ਬੈਠ ਕੇ ਹੀ ਕਰ ਲਵੇ ਨਿਬੇੜਾ। ਸੀਨੀਅਰ ਅਕਾਲੀ ਆਗੂ ਦੇ ਪੁੱਤ ਦੀ ਮਿਲੀ ਲਾਸ਼। ਅਕਾਲੀ ਦਲ ਦੇ ਆਗੂ ਦਯਾ ਮੇਘੋਵਾਲ ਨੂੰ ਵੱਡਾ ਝਟਕਾ। ਘਰ ਤੋਂ ਪਨੀਰ ਲੈਣ ਲਈ ਗਿਆ ਸੀ ਨੌਜਵਾਨ। ਪਰਿਵਾਰ ਨੇ ਪੁਲਿਸ ਤੋਂ ਲਗਾਈ ਇਨਸਾਫ਼ ਦੀ ਗੁਹਾਰ। ਮੋਟਰਸਾਈਕਲ 'ਤੇ ਜਾ ਰਹੇ ਪਤੀ ਪਤਨੀ ਨੂੰ ਗੱਡੀ ਨਾਲ ਮਾਰੀ ਟੱਕਰ। ਅੰਮ੍ਰਿਤਸਰ 'ਚ ਵਾਪਰਿਆ ਵੱਡਾ ਹਾਦਸਾ। ਜ਼ਖਮੀਆਂ ਨੂੰ ਪਹੁੰਚਾਇਆ ਗਿਆ ਹਸਪਤਾਲ। ਵੈਸ਼ਨੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਐਕਸਪ੍ਰੈਸ 'ਤੇ ਹੋਈ ਪੱਥਰਬਾਜ਼ੀ। ਫਗਵਾੜਾ ਨੇੜੇ ਵੰਦੇ ਭਾਰਤ ਐਕਸਪ੍ਰੈਸ 'ਤੇ ਹੋਈ ਪੱਥਰਬਾਜ਼ੀ। ਟ੍ਰੇਨ ਦੇ ਵਿੱਚ ਬੈਠੇ ਲੋਕ ਬੁਰੀ ਤਰ੍ਹਾਂ ਸਹਿਮੇ। ਰੇਲਵੇ ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਪੜਤਾਲ। ਸ਼ੁਭਕਰਨ ਦੀ ਮੌਤ 'ਤੇ ਵੱਡਾ ਖੁਲਾਸਾ। ਹਾਈਕੋਰਟ ਦੀ ਸੁਣਵਾਈ ਦੌਰਾਨ ਹੋਇਆ ਖੁਲਾਸਾ। ਸ਼ਾਟਗਨ ਦੇ ਨਾਲ ਹੋਈ ਸ਼ੁਭਕਰਨ ਦੀ ਮੌਤ। ਹਾਈਕੋਰਟ ਦਾ ਕਹਿਣਾ, ਪੁਲਿਸ ਅਤੇ ਸੁਰੱਖਿਆ ਬਲ ਨੇ ਨਹੀਂ ਚਲਾਈ ਗੋਲੀ, ਪੁਲਿਸ ਸ਼ਾਟਗਨ ਦੀ ਨਹੀਂ ਕਰਦੀ ਵਰਤੋਂ। ਗੁਰਦਾਸਪੁਰ ਪੁਲਿਸ ਨੇ ਹੱਥ ਲੱਗੀ ਸਫਲਤਾ। ਰਾਜਸਥਾਨ ਤੋਂ ਨਸ਼ਾ ਲਿਆ ਪੰਜਾਬ 'ਚ ਵੇਚਦਾ ਸੀ ਆਰੋਪੀ। 1.5 ਕਿਲੋ ਅਫੀਮ ਅਤੇ 25,000 ਦੀ ਡਰੱਗ ਮਨੀ ਸਮੇਤ ਗ੍ਰਿਫਤਾਰ। ਲੁਧਿਆਣਾ ਦੀ ਜਵੱਦੀ ਨਹਿਰ 'ਚ ਤੈਰਦੀ ਮਿਲੀ ਲਾਸ਼। ਮੌਕੇ 'ਤੇ ਬੁਲਾਏ ਗਏ ਗੋਤਾਖੋਰ। ਪਾਣੀ ਜ਼ਿਆਦਾ ਹੋਣ ਕਰਕੇ ਅੱਗੇ ਰੁੜ ਗਈ ਲਾਸ਼, ਪੁਲਿਸ ਕਰ ਰਹੀ ਪੜਤਾਲ। ਹੁਣ ਫਿਲਮਾਂ ਅਤੇ ਸੀਰੀਅਲਸ ਵਿੱਚ ਨਹੀਂ ਦਿਖਾਏ ਜਾਣਗੇ ਵਿਆਹਾਂ ਦੇ ਸੀਨ। ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਕੀਤਾ ਵੱਡਾ ਫੈਸਲਾ। ਗਿਆਨੀ ਰਘਬੀਰ ਸਿੰਘ ਨੇ ਇਸ ਮਾਮਲੇ 'ਚ ਸ਼੍ਰੋਮਣੀ ਕਮੇਟੀ ਤੋਂ ਮੰਗੀ ਰਿਪੋਰਟ। ਅੱਜ ਦੇ ਟੌਪ 10 'ਚ ਫਿਲਹਾਲ ਇੰਨਾ ਹੀ। ਮੈਨੂੰ ਤੋਂ ਇਜਾਜ਼ਤ, ਧੰਨਵਾਦ।